ਮਹੀਨਾ ਤੇ ਆ ਭਾਣਾ ਵਰਤਾ ਰਹੇ ਹੋ ਗਰਮੀ ਕਹਿਣ ਦੀ ਸੀਸ ਤੇ ਪਵੇਰੇ ਤਾਲ ਤੱਤੀ ਤਵੀ ਤੇ ਚੌਕੜਾ ਮਾਰ ਰਹੇ ਹੋ ਮੇਰੇ ਚੋਜੀਆ ਚੋਜ ਕਮਾਲ ਤੇਰੇ ਜਬਰ ਸਬਰ ਦੀ ਜੰਗ ਮਚਾ ਰਹੇ ਹੋ ਜਬਰ ਹਾਰੇਗਾ ਜਿੱਤੇਗਾ ਸਬਰ ਤੇਰਾ ਦੁਖੀ ਦਲਗੀਰਾਂ ਲਈ ਕਸ਼ਟ ਉਤਾ ਰਹੇ ਹੋ ਸੱਚੇ ਪਾਤਸ਼ਾਹ ਹੁਕਮ ਕਰ ਦਿਓ ਲਾਹੌਰ ਤੇ ਦਿੱਲੀ ਦੀ ਇੱਟ ਦੇ ਨਾਲ ਇੱਟ ਖੜਕਾ ਲਿਆ ਆਕਾਸ਼ ਤੇ ਧਰਤੀ ਨੂੰ ਪੁੱਠਾ ਕਰ ਦਿਆ ਸੱਚੇ ਪਾਤਸ਼ਾਹ ਆਪ ਜੀ ਦਾ ਹੁਕਮ ਚਾਹੀਦਾ ਏ ਕਿਰਪਾ ਕਰੋ ਦੇ ਦਿਓ ਹੁਕਮ ਇਹਨਾਂ ਨੂੰ ਕਰਾਮਾਤ ਦਿਖਾ ਲਈਏ ਅੱਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਧਰਤੀ ਤਵੀ ਦੇ ਉੱਤੇ ਚੌਂਕੜਾ ਮਾਰ ਕੇ ਵੇਖ ਕੀਤਾ ਹਾਂ ਮਾਰ ਕੇ ਸਾਈ ਵੀ ਅਮੀਰ ਗੁਰੂ ਦੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਿਵੇਂ ਬੇਨਤੀਆਂ ਕਰ ਰਿਹਾ ਤੇ ਧਾਹ ਮਾਰ ਰਿਹਾ ਏ ਉਹਨਾਂ ਲਾਈਆਂ ਦਾ ਬੇਰਮਾ ਧਰ ਜਿੱਤਾ ਇਉਂ ਕਹਿ ਰਿਹਾ ਹੈ ਅਮੀਰ ਨੇ ਜਦੋਂ ਧਾਹ ਮਾਰੀ ਵੀ ਅਮੀਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਸਭ ਤੋਂ ਪਹਿਲਾਂ ਤਾਂ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਪੁਰਬ ਅੱਜ ਇਸ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਜਾ ਰਿਹਾ, ਸਭ ਤੋਂ ਪਹਿਲਾਂ ਤਾਂ ਆਪਾਂ ਸਾਰੇ ਉਹਨਾਂ ਨੂੰ ਸਵੇਰ ਦੇ ਦੀਵਾਨ ਅੱਜ ਸਜੇ ਹੋਏ ਨੇ, ਅਸੀਂ ਸਾਰਿਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਤੇ ਢਾਡੀ ਜੱਥੇ ਨੇ ਸਾਨੂੰ ਉਸ ਇਤਿਹਾਸ ਦੇ ਨਾਲ ਸਾਡੀ ਸਾਂਝ ਪਾਈ ਹੈ, ਸਾਡੀਆਂ ਬਿਰਤੀਆਂ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਜਿੰਨਾ ਕੁ ਗਿਆਨ ਉਹਨਾਂ ਨੂੰ ਹਾਸਲ ਹੈ ਉਸ ਗਿਆਨ ਦੇ ਹਿਸਾਬ ਨਾਲ ਸਾਨੂੰ ਇਤਿਹਾਸ ਸਰਵਣ ਕਰਾਇਆ ਅਤੇ ਸਾਨੂੰ ਅਹਿਸਾਸ ਕਰਾਇਆ ਕਿ ਜਿਹੜੀ ਸ਼ਹੀਦੀ ਹੈ ਇਹਦੀ ਕੀ ਗੱਲ ਹੈ। ਸ਼ਹੀਦੀ ਬਾਰੇ ਛੋਟੀ ਜਿਹੀ ਗੱਲ ਜ਼ਰੂਰ ਕਰਨਾ ਕਿਉਂਕਿ ਮੁੱਖ ਮੁੱਦਾ ਮੇਰਾ ਫਿਰ ਨਹੀਂ ਤਾਂ ਰਹਿ ਜਾਣਾ, ਕਿਉਂਕਿ ਸ਼ਹੀਦੀ ਸ਼ਬਦ ਜਿਹੜਾ ਇਹ ਅਰਬੀ ਦਾ ਸ਼ਬਦ ਹੈ, ਅਰਬ ਤੋਂ ਜਿਵੇਂ ਢਾਡੀ ਤੱਕ ਜ਼ਿਕਰ ਕਰ ਰਿਹਾ ਸੀ ਕਿ ਆਪਾਂ ਪੜ੍ਹੀ ਦਾ ਵੀ ਸਾਰੇ ਪ੍ਰਚਾਰਕ ਵੀ ਦੱਸਦੇ ਨੇ ਕਿ ਜਿਹੜਾ ਸ਼ਹੀਦ ਸ਼ਬਦ ਦੀ ਸਾਂਝ ਹੈ ਨਾ ਜਿਹੜੀ ਪੰਜਾਬੀਆਂ ਦੇ ਨਾਲ ਹਿੰਦੁਸਤਾਨੀਆਂ ਉਹ ਸਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਤੋਂ ਹੀ। ਉਸ ਤੋਂ ਪਹਿਲਾਂ ਇੱਥੇ ਸਾਡੇ ਇਸ ਇਤਿਹਾਸ ਦੇ ਵਿੱਚ ਸਾਡਾ ਹਿੰਦੀ ਦਾ ਲਫ਼ਜ਼ ਬਲੀ ਬਲੀਦਾਨ ਇਹ ਮਸ਼ਹੂਰ ਸੀ। ਹਾਂ, ਜਿਹੜੀ ਅਰਬੀ ਭਾਸ਼ਾ ਦਾ ਸ਼ਬਦ ਆਇਆ ਇਸਲਾਮ ਦੇ ਨਾਲ ਆਇਆ, ਇਸਲਾਮ ਦੇ ਵਿੱਚ ਇਸ ਸ਼ਬਦ ਦੇ ਜਿਹੜੇ ਅਰਥ ਨੇ ਹਾਲਾਂਕਿ ਕੋਈ ਉਸ ਪੱਧਰ ਦੇ ਨਹੀਂ ਹੈ ਜਿਸ ਪੱਧਰ ਉੱਤੇ ਸਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਨਾਲ ਇਹ ਜਿਹੜਾ ਸ਼ਬਦ ਆ ਉਹਨੂੰ ਵੀ ਉੱਚਤਾ ਮਿਲਦਾ। ਅੱਠ ਤਰ੍ਹਾਂ ਦੇ ਘੱਟੋ ਘੱਟ ਅਰਥ ਨੇ ਅਰਬੀ ਦੇ ਵਿੱਚ ਵੀ ਸ਼ਹੀਦੀ ਦੀ ਸ਼ਹਾਦਤ ਦੇ, ਕਿਉਂਕਿ ਸ਼ਹਾਦਤ ਸ਼ਬਦ ਸਾਡੇ ਅਦਾਲਤਾਂ ਵਿੱਚ ਵੀ ਵਰਤਿਆ ਜਾਂਦਾ ਜਿੱਥੇ ਉਹਦਾ ਅਰਥ ਸ਼ਬਦ ਹੀ ਅਰਥ ਹੈ ਗਵਾਹੀ। ਗਵਾਹੀ ਇਤਿਹਾਸ ਦੀ ਗਵਾਹੀ ਹੋ ਸਕਦੀ ਹੈ, ਗਵਾਹੀ ਅਦਾਲਤ ਵਿੱਚ ਗਵਾਹੀ ਹੋ ਸਕਦੀ ਹੈ। ਗਵਾਹੀ ਦਾ ਮਤਲਬ ਜਿਵੇਂ ਅਸੀਂ ਕਹਿੰਦੇ ਹਾਂ ਸਾਖੀ ਸਬੂਤ ਕਿ ਇਸ ਤਰੀਕੇ ਨਾਲ ਆਹ ਕੁਝ ਹੋਇਆ ਸੀ ਜਾਂ ਕੋਈ ਵਿਅਕਤੀ ਉਹਨੇ ਇਸ ਸੰਸਾਰ ਦੇ ਵਿੱਚ ਆਹ ਪੱਧਰ ਹਾਸਲ ਕੀਤਾ ਸੀਗਾ, ਇਹਦੀ ਗਵਾਹੀ ਹੈ। ਸੋ ਉਹਨਾਂ ਦੀ ਜਿਹੜੀ ਸ਼ਹੀਦੀ ਗੁਰੂ ਅਰਜਨ ਦੇਵ ਮਹਾਰਾਜ ਦੀ, ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇੱਕ ਇਤਿਹਾਸ ਹੀ ਰੱਖਤਾ, ਉਸ ਤੋਂ ਬਾਅਦ ਦੇਖੋ ਸ਼ਹੀਦੀ ਤੋਂ ਬਾਅਦ ਅੱਜ ਉਸ ਸ਼ਬਦ ਨੂੰ ਇੰਨਾ ਮਾਣ ਸਤਿਕਾਰ ਮਿਲ ਗਿਆ ਕਿ ਅਸੀਂ ਉਸ ਸ਼ਬਦ ਨੂੰ ਐਜ਼ ਇਟ ਇਜ਼ ਇੱਥੇ ਸਵੀਕਾਰ ਕੀਤਾ, ਕਿਉਂਕਿ ਸਾਡੀ ਜਿਹੜੀ ਅਸੀਂ ਪੰਜਾਬੀ ਹੈ ਭਾਰਤੀ ਲੋਕ ਹਾਂ ਅਸੀਂ ਬੜੇ ਖੁਰਦਲੇ ਹਾਂ, ਅਸੀਂ ਬਾਹਰੋਂ ਅੰਗਰੇਜ਼ੀ ਦੇ ਸ਼ਬਦ ਆਉਂਦੇ ਨੇ ਚਾਹੇ ਅਰਬੀ ਫਾਰਸੀ ਦੇ ਆਉਂਦੇ ਨੇ, ਜਿਹੜਾ ਜਿਹੜਾ ਸਮੇਂ ਮੁਤਾਬਕ ਸ਼ਬਦ ਆਉਂਦਾ ਅਸੀਂ ਉਹਨਾਂ ਨੂੰ ਕਬੂਲ ਕਰਦੇ ਹਾਂ। ਅਤੇ ਸ਼ਹੀਦੀਆਂ ਦੀ ਅੱਜ ਇੰਨੀ ਉੱਚੀ ਅਵਸਥਾ ਹੈ ਕਿ ਸ਼ਹੀਦਾਂ ਦੇ ਜਿਹੜੇ ਸਥਾਨ ਨੇ ਉਹਨਾਂ ਨੂੰ ਅਸੀਂ ਸਭ ਤੋਂ ਵੱਧ ਜਿਹੜਾ ਸਨਮਾਨ ਕਰਦੇ ਅਤੇ ਸੱਤਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਿ ਸਾਹਿਬ ਦੀ ਚਰਨ ਛੋਹ ਪ੍ਰਾਪਤ ਇਸ ਧਰਤੀ ਉੱਤੇ ਨਤਮਸਤਕ ਹੁੰਦੇ ਹੋਏ ਮੈਂ ਅੱਜ ਦੇ ਸਮੇਂ ਦੀ ਇੱਕ ਬੇਨਤੀ ਜ਼ਰੂਰ ਕਰਨੀ ਹੈ ਸੰਗਤ ਰਾਸਾਂ। ਜਿਵੇਂ ਤੁਸੀਂ ਜਾਣਦੇ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਸਿਰਮੌਰ ਸੰਸਥਾ ਆ, 16 ਨਵੰਬਰ 1920 ਨੂੰ ਜਿਹਦਾ ਗਠਨ ਹੋਇਆ। ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਬਹੁਤ ਉੱਚੇ ਪੱਧਰ ਤੱਕ ਜਾ ਚੁੱਕਾ ਅਤੇ ਉਸ ਤੋਂ ਬਾਅਦ ਉਹਦਾ ਨਿਵਾਣ ਵੀ ਹੁੰਦੀ ਸਿਆਸੀ ਤੌਰ 'ਤੇ ਦੇਖੀ ਹੈ, ਪਰ ਉਹਦੇ ਜਿਹੜੇ ਕਾਰਨ ਨੇ ਮੈਂ ਉਹਦੇ ਵਿਸਤਾਰ 'ਚ ਨਹੀਂ ਜਾਵਾਂ, ਸੰਗਤ ਜਿਹੜੀ ਆ ਉਹ ਭਰੀ ਭਾਈ ਜਾਣੂ ਹੈ ਕਿ ਅੱਜ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਤਰੀਕੇ ਨਾਲ ਸਮੁੱਚੇ ਸਿੱਖ ਪੰਥ ਦੀ ਨੁਮਾਇੰਦਾ ਕਮੇਟੀ ਚੁਣੀ ਗਈ ਸੀ ਧਾਰਮਿਕ ਅਸਥਾਨਾਂ ਲਈ ਔਰ ਧਰਮ ਪ੍ਰਚਾਰ ਦੇ ਲਈ, ਸ਼ਾਇਦ ਉਹ
कारण है बहुत सारे कि उस पद्धर के उत्ते नहीं पहुंच सकी अज साडे मनां दे विच कई तरह के तोहफे ते इस हालात दे विच साडी अगवाई कौन करे श्रोमणी गुरद्वारा प्रबंधक कमेटी साडी जिन्नी मजबूत रहेगी उन्ने ही होर लोकल कमेटियां उन्ना ही साडा धर्म प्रचार उन्ने ही साडे ग्रंथी सिंह पाठी सिंह इहनां दा मान सत्कार कथा वाचकां दा मान सत्कार सिखां दा मान सत्कार जिहड़ा उह कायम होएगा जिन्नी श्रोमणी कमेटी अपने जो मिथ्या टीचा उहदे उत्ते चलदी रहेगी शायद कोई सियासी कारण नाल ਜਾਂ ਕਿਸੇ ਇੱਕ ਪਰਿਵਾਰ ਦੇ ਉੱਤੇ ਇਲਜ਼ਾਮ ਲਾਇਆ ਜਾਂਦਾ ਕਿ ਉਸ ਪਰਿਵਾਰ ਦੇ ਹੱਥ ਕਮਾਂਡ ਆ ਗਈ ਉਹ ਦਖਲ ਅੰਦਾਜ਼ੀ ਜ਼ਿਆਦਾ ਕਰਦਾ ਇਸੇ ਦੇ ਮੱਦੇਨਜ਼ਰ ਦੋ ਦਿਨ ਪਹਿਲੇ ਮੈਂ ਫੋਨ ਕੀਤਾ ਉਸ ਸ਼ਖਸੀਅਤ ਨੂੰ ਜਿਹੜੇ ਪ੍ਰਧਾਨ ਰਹਿ ਚੁੱਕੇ ਨੇ ਕਈ ਵਾਰ ਸ਼੍ਰੋਮਣੀ ਕਮੇਟੀ ਦੇ ਅਤੇ ਅੱਜ ਕੱਲ੍ਹ ਉਹ ਕਹਿੰਦੇ ਜੀ ਬਾਕੀ ਹੋਏ ਨੇ ਅਤੇ ਉਹ ਕਹਿੰਦੇ ਨੇ ਕਿ ਇਹ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹਦੇ ਵਿੱਚ ਨਿਰੋਲ ਜਿਹੜੇ ਧਾਰਮਿਕ ਲੋਕ ਨੇ ਉਹਨਾਂ ਦੀ ਚੋਣ ਹੋਣੀ ਚਾਹੀਦੀ ਹੈ ਸਿਆਸਤ ਦੇ ਚੁੰਗਲ ਚ ਨਹੀਂ ਹੋਣੀ ਚਾਹੀਦੀ ਉਹਨਾਂ ਦਾ ਕਹਿਣਾ ਇਹ ਹੈ ਕਿ ਸ਼੍ਰੋਮਣੀ ਕਮੇਟੀ ਮਾਂ ਸੰਸਥਾ ਸਮੁੱਚੇ ਪੰਥ ਦੀ ਔਰ ਸ਼੍ਰੋਮਣੀ ਅਕਾਲੀ ਦਲ ਉਹਦੀ ਸਮਾਜਿਕ ਤੌਰ 'ਤੇ ਔਰ ਅਗਰ ਸਿਆਸਤ ਤੌਰ 'ਤੇ ਜਾਣਾ ਪੈਂਦਾ ਉਹਦੀ ਸਪੋਰਟ ਕਰਨ ਵਾਸਤੇ ਜਦਕਿ ਅੱਜ ਹਾਲਾਤ ਉੱਪਰ ਨਜ਼ਰ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਉੱਪਰ ਨਜ਼ਰ ਆ ਰਿਹਾ ਅਤੇ ਇਸ ਤਰ੍ਹਾਂ ਲੱਗਦਾ ਜਿਵੇਂ ਸ਼੍ਰੋਮਣੀ ਕਮੇਟੀ ਕੋਈ ਉਹਦਾ ਵਿਗ ਹਰ ਇੱਕ ਦਾ ਆਪੋ ਆਪਣਾ ਤਜਰਬਾ ਠੀਕ ਹੈ ਉਹਨਾਂ ਦੇ ਤਜਰਬੇ ਬਹੁਤ ਅੱਛੇ ਨੇ ਉਹਨਾਂ ਨਾਲ ਮੈਂ ਫੋਨ ਕੀਤਾ ਮਿਲ ਕੇ ਆਇਆ ਘੱਟੋ ਘੱਟ ਉਹਨਾਂ ਨੇ 2.5 ਘੰਟੇ ਇਸ ਗੱਲ ਉੱਤੇ ਦਿੱਤੇ ਕਿਉਂਕਿ ਜਗਿਆਸਾ ਲੰਬੇ ਪੱਤਰਕਾਰ ਦਾ ਦੇ ਅਰਸੇ ਤੋਂ ਜਾਣਦੇ ਸੀਗੇ ਅਤੇ ਹੁਣ ਜਦੋਂ ਦੇਰ ਬਾਅਦ ਮਿਲੇ ਆ ਤਾਂ ਬੜੇ ਖੁਸ਼ ਹੋਏ ਇਸ ਸਰੋਤ ਦੇ ਵਿੱਚ ਦੇਖ ਕੇ ਵੀ ਗੁਰੂ ਮਹਾਰਾਜ ਦੀ ਜਿਹੜੀ ਬਖਸ਼ਿਸ਼ ਆ ਉਹ ਹੁਣ ਹੋ ਚੁੱਕੀ ਹੈ ਅਤੇ ਉਹਨਾਂ ਨੇ ਫਿਰ ਗੱਲਬਾਤ ਮੇਰੇ ਨਾਲ ਜਿਹੜੀ ਲੰਬੀ ਕੀਤੀ ਕਿ ਉਹ ਪੰਥ ਦਾ ਮਸਲਾ ਹੈ ਧਰਮ ਦਾ ਮਸਲਾ ਅੱਜ ਜੋ ਹਾਲਾਤ ਬਣੇ ਨੇ ਅਸੀਂ ਚਿੰਤਾ ਦੇਖਦੇ ਕਰਦੇ ਹਾਂ ਕਿ ਕਨਵਰਟ ਹੋ ਜਾਂਦੇ ਲੋਕ ਪੱਗਾਂ ਵਾਲੇ ਵੀ ਜਿਹੜੇ ਉਹ ਚਰਚਾ ਤੱਕ ਗੁਲੇ ਫਿਰਦੇ ਆ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਹੁਣੇ ਕਹਿ ਰਹੇ ਸੀਗੇ ਸਾਡਾ ਸਿੱਖੀ ਦਾ ਸਰੂਪ ਜਿਹੜਾ ਉਹ ਲਗਭਗ 40-45 ਸਾਲ ਤੋਂ ਜਿਹੜੇ ਉੱਪਰ ਉਮਰ ਦੇ ਹਨ ਸਾਡੇ ਵਰਗੇ ਲੋਕ ਉਹ ਜ਼ਿਆਦਾ ਤਿਆਰ ਕਰ ਰਹੇ ਤੇ ਨੌਜਵਾਨ ਪੀੜ੍ਹੀ ਦੇ ਵਿੱਚ ਉਨਾ ਉਤਸ਼ਾਹ ਨਹੀਂ ਅਸੀਂ ਪਿਤਾ ਪੁਰਖੀ ਇਸ ਤਰ੍ਹਾਂ ਦਾ ਪ੍ਰਭਾਵ ਨਹੀਂ ਦੇ ਪਾਏ ਸੋ ਕਮੀਆਂ ਸਾਡੇ ਅੰਦਰ ਬਹੁਤ ਨੇ ਉਹਦਾ ਕਾਰਨ ਵੀ ਇਹੀ ਹੈ ਕਿ ਸਾਡੀ ਜਿਹੜੀ ਮੁੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਉਸ ਤਰੀਕੇ ਨਾਲ ਧਾਰਮਿਕ ਲੋਕਾਂ ਉਹਦੀ ਅਗਵਾਈ ਕਰਨ ਵਿੱਚ ਉਨੇ ਸਕਸੈਸ ਨਹੀਂ ਨੇ ਉਹ ਲੋਕ ਜਿਹੜੇ ਕਿ ਪੰਥ ਦੀ ਚੜ੍ਹਦੀ ਕਲਾ ਦੇਖਣੀ ਚਾਹੁੰਦੇ ਨੇ ਸਿਆਸੀ ਮਨਸੂਬੇ ਹਾਸਲ ਕਰਨ ਵਾਸਤੇ ਸੱਤਾ ਹਾਸਲ ਕਰਨ ਵਾਸਤੇ ਇਸ ਸ਼੍ਰੋਮਣੀ ਕਮੇਟੀ ਨੂੰ ਕੋਟਾ ਜਿਹੜੇ ਲੋਕ ਨਹੀਂ ਸਮਝਦੇ ਉਹਨਾਂ ਦੀ ਅੱਜ ਬਹੁਤ ਜ਼ਰੂਰੀ ਹੈ ਹੁਣ ਦੇਖਣ ਜਾਏ ਆਪਣੇ ਆਲੇ ਦੁਆਲੇ ਨਜ਼ਰ ਮਾਰਿਓ ਮੈਂ ਤਾਂ ਸਿਰਫ ਬੇਨਤੀ ਕਰ ਰਹੀ ਹਾਂ ਮੈਂ ਕਿਸੇ ਨੂੰ ਚੰਗਾ ਜਾਂ ਮਾੜਾ ਠਹਿਰਾਉਣ ਵਾਸਤੇ ਨਹੀਂ ਇੱਥੇ ਆਇਆ ਮੇਰਾ ਤਾਂ ਕਹਿਣ ਦਾ ਭਾਵ ਹੈ ਅਸੀਂ ਆਪਣੇ ਹਿਰਦਿਆਂ ਦੇ ਝਾਤੀ ਮਾਰੀਏ ਅਸੀਂ ਭਲੀ ਭੰਗ ਜਾਣਦੇ ਹਾਂ ਬਹੁਤ ਸੂਝਵਾਨ ਹੈ ਜ਼ਮਾਨਾ ਬਹੁਤ ਤੇਜ਼ ਹੋ ਗਿਆ ਅਤੇ ਅਸੀਂ ਪੰਜਾਬੀ ਵੀ ਕਿਸੇ ਨਾਲੋਂ ਘੱਟ ਨਹੀਂ ਹਾਂ ਸਮਝਦੇ ਸਾਰੀਆਂ ਗੱਲਾਂ ਨੂੰ ਹੈ ਪਰ ਜਦੋਂ ਸਮਾਂ ਆ ਜਾਂਦਾ ਫਿਰ ਅਸੀਂ ਉਹਦੇ 'ਤੇ ਸਹੀ ਫੈਸਲਾ ਲੈਣਾ ਇਕੱਠੇ ਹੋ ਕੇ ਲੈਣਾ ਇਸ ਗੱਲ ਦਾ ਜਿਹੜਾ ਮਨ ਆਪਣਾ ਜੋੜ ਦਿਓ ਅਤੇ ਇੱਥੇ ਇੰਨੀ ਗੱਲ ਮੈਂ ਜ਼ਰੂਰ ਕਹਿ ਦਿਆਂਗਾ ਕਿ ਅਸਲ ਜੋ ਲੋਕ ਦੱਸਿਆ ਜਾ ਰਿਹਾ ਦਮੀ ਦੱਸੀ ਜਾ ਰਹੀ ਉਹ ਸਿਆਸਤ ਦੀ ਦੱਸੀ ਜਾ ਰਹੀ ਸਿਆਸੀ ਦਖਲ ਅੰਦਾਜ਼ੀ ਅਤੇ ਇਹ ਵੀ ਗੱਲ ਨਾ ਕਿ ਅਕਾਲੀ ਦਲ ਦਾ ਅਸਲ ਭਾਵ ਕੀ ਹੈ ਇਹ ਵੀ ਸਾਨੂੰ ਸਮਝ ਲੈਣਾ ਚਾਹੀਦਾ ਕੋਈ ਵੀ ਵਿਅਕਤੀ ਜਿਹੜਾ ਇੱਕ ਅਕਾਲ ਪੁਰਖ ਅਤੇ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ ਉਹ ਹਰ ਸਿੱਖ ਉਹਦੇ ਚੱਲਦਾ ਉਹ ਅਕਾਲੀ ਹੀ ਅਖਵਾਸ ਅਕਾਲੀ ਦਾ ਮਤਲਬ ਅਕਾਲੀ ਦਲ ਇੱਕ ਉਹਦੀ ਛੋਟਾ ਵਿੰਗ ਹੋ ਸਕਦਾ ਹੈ ਪਾਰਟੀ ਹੋ ਸਕਦੀ ਕੋਈ ਸਿਆਸੀ ਜਮਾਤ ਹੋ ਸਕਦੀ ਹੈ ਪਰ ਅਕਾਲੀ ਅਸੀਂ ਸਾਰੇ ਹਾਂ ਕੋਈ ਇਹ ਨਹੀਂ ਕਹਿ ਸਕਦਾ ਕਿ ਜਿਹੜਾ ਪਾਰਟੀ ਦੇ ਵਿੱਚ ਹੈ ਜਾਂ ਸਿਆਸੀ ਸਰਗਰਮੀ ਰਹਿੰਦਾ ਉਹੀ ਅਕਾਲੀ ਹੈ ਹੋਰ ਅਕਾਲੀ ਕੋਈ ਹੋ ਨਹੀਂ ਸਕਦਾ ਕਿਉਂਕਿ ਅਸੀਂ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ ਅਸੀਂ ਸਾਰੇ ਅਕਾਲੀ ਹਾਂ ਪਰ ਅਕਾਲੀ ਸਿੱਖ ਪੰਥ ਤੋਂ ਵੱਖਰੇ ਨੇ ਸਮੁੱਚਾ ਸਿੱਖ ਪੰਥ ਚੱਲਦਾ ਬੀਬੀ ਜਗੀਰ ਕੌਰ ਉਹਨਾਂ ਦਾ ਜ਼ਿਕਰ ਕਰ ਰਿਹਾ ਸੀ ਉਹਨਾਂ ਨਾਲ ਮਿਲੇ ਅਤੇ ਉਹਨਾਂ ਦੇ ਆਪਣੇ ਅਰਥੋਂ ਸਾਡੇ ਜਾ ਕੇ ਉਹਨਾਂ ਨੇ ਜਿਹੜੀ ਗੱਲ ਕਹੀ ਸ਼ਾਇਦ ਉਹਨਾਂ ਨੂੰ ਹੋਰ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਸਿਆਸੀ ਪਾਰਟੀਆਂ ਇਹੀ ਕਰਦੀਆਂ ਪਰ ਜੋ ਮੈਨੂੰ ਉਹਨਾਂ ਨੇ ਦੱਸਿਆ ਕਿ ਮੇਰਾ ਭਾਰ ਕਹਿਣ ਦਾ ਇਹ ਸੀ ਕਿ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਣਾ ਚਾਹੀਦਾ ਕਿ ਅੱਜ ਦੀ ਦਲੀਲ ਉਹ ਸਿੱਖ ਕਿਸੇ ਸਿਆਸੀ ਜਮਾਤ ਨਾਲ ਜੁੜਿਆ ਹੈ ਕਿ ਨਹੀਂ ਜੁੜਿਆ ਹੈ ਜੁੜਿਆ ਹੈ ਤਾਂ ਕਿਹਦੇ ਨਾਲ ਜੁੜਿਆ ਹੈ ਇਹਦਾ ਫਰਕ ਕਿਤੇ ਬਗੈਰ ਸਭ ਦੀਆਂ ਵੋਟਾਂ ਮਾਰਨੀਆਂ ਚਾਹੀਦੀਆਂ ਨੇ
ਤੇ ਸਾਰਿਆਂ ਨੂੰ ਅਧਿਕਾਰ ਮਿਲਣਾ ਚਾਹੀਦਾ ਕਿ ਉਹ ਚੋਣ ਲੜ ਸਕਣ ਔਰ ਸੰਗਤ ਇਸ ਗੱਲ ਦਾ ਫੈਸਲਾ ਕਰੇ ਕਿ ਅਸੀਂ ਉਹਨਾਂ ਲੋਕਾਂ ਨੂੰ ਹੀ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕਰੀਏ ਜਿਹੜੇ ਇਹ ਨਾ ਸੋਚਣ ਕਿ ਅਸੀਂ ਸਿਆਸੀ ਤੌਰ ਤੇ ਗੱਲਬਾਤ ਪਾ ਲਾਂਗੇ ਤਾਂ ਆਪਣੇ ਢੰਗ ਨਾਲ ਫਿਰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਾਂ ਨੂੰ ਪ੍ਰਭਾਵਿਤ ਕਰਾਂਗੇ। ਪੰਥ ਦੀ ਸ਼ਾਂਤ ਕਿਤੇ ਨਾ ਕਿਤੇ ਸਿਆਸੀ ਕੋਈ ਵੀ ਧਿਰ ਹੋਵੇ ਉਹਦੇ ਨਾਲ ਫਰਕ ਪੈਣਾ ਸ਼ੁਰੂ ਹੋ ਜਾਂਦਾ। ਤੋ ਸੰਗਤ ਸਿਆਣੀ ਆ, ਮੈਂ ਜ਼ਿਆਦਾ ਨਹੀਂ ਕਹੂੰਗਾ ਕਿਉਂਕਿ ਨਹੀਂ ਤਾਂ ਐਂ ਲੱਗਦਾ ਕਿ ਸ਼ਾਇਦ ਕਿਸੇ ਦੀ ਨੁਕਸ ਕਰਨ ਵਾਸਤੇ ਆਪਾਂ ਖੜੇ ਹੋਏ ਹਾਂ। ਸੰਗਤ ਅੱਗੇ ਇੰਨੀ ਹੀ ਬੇਨਤੀ ਕਰ ਰਹੀ ਹਾਂ ਕਿ ਚੋਣ ਕਮਿਸ਼ਨ ਜਿਹੜਾ ਗੁਰਦੁਆਰਾ ਐਕਟ ਤਹਿਤ ਸਾਨੂੰ ਮਿਲਿਆ ਹੋਇਆ ਅਧਿਕਾਰ, ਉਹਦੇ ਤਹਿਤ ਹੁਣ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਨੇ ਕਿ ਇੱਕ ਵਾਰ ਫਿਰ ਵੋਟਾਂ ਸ਼੍ਰੋਮਣੀ ਕਮੇਟੀ ਦੀਆਂ ਬਣ ਗਈਆਂ ਨੇ। ਬੜੇ ਲੰਬੇ ਅਰਸੇ ਦੇ ਬਾਅਦ ਫਿਰ ਉਮੀਦ ਜਾਗੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋ ਸਕਦੀ ਹੈ। ਸੋ ਇਸ ਵਾਸਤੇ ਜਿਹੜੇ ਧਰਮ ਪ੍ਰਚਾਰ ਲਈ ਪਹਿਲ ਦੇਣ ਵਾਲੇ ਲੋਕ ਨੇ, ਸਾਡੇ ਬੱਚੇ ਨੇ, ਉਹ ਚਾਹੇ ਕਿਸੇ ਧਰਨਾ ਕਰਦੇ ਹੋਣ, ਉਹਨਾਂ ਨੂੰ ਆਪਾਂ ਲਿਆਈਏ, ਅੱਗੇ ਵਧਾਈਏ। ਜਿਹੜੀ ਸਰਗਰਮੀਆਂ ਕਰਦੇ ਨੇ ਉਹਨਾਂ ਨੂੰ ਅੱਗੇ ਕਰੀਏ ਤੇ ਨਾਲ ਦੇ ਨਾਲ ਇੱਕ ਹੋਰ ਬੇਨਤੀ ਕਰਦੇ ਦਿਨ ਚੱਲਦੇ ਨੇ ਬੱਚਿਆਂ ਦੀਆਂ ਛੁੱਟੀਆਂ ਦੇ ਤੇ ਇਹਨਾਂ ਦੇ ਨਾਲ ਤੇ ਅਸੀਂ ਗੁਰਮਤ ਸਿਖਲਾਈ ਕੈਂਪ ਜ਼ਰੂਰ ਆਪਾਂ ਨੂੰ ਲਾਉਣਾ ਚਾਹੀਦਾ। ਮੈਂ ਕੱਲ੍ਹ ਵੀ ਇੱਥੇ ਆਇਆ ਸੀਗਾ, ਗ੍ਰੰਥੀ ਸਿੰਘ ਨੂੰ ਮਿਲਿਆ ਸੀ, ਭਾਈ ਮਨਜੀਤ ਸਿੰਘ ਉਹਨਾਂ ਨਾਲ ਵੀ ਗੱਲ ਹੋਈ ਤੇ ਵਿਚਾਰ ਆਇਆ ਸੀਗਾ ਕਿਉਂ ਨਾ ਸੰਗਤ ਵਾਸਤੇ ਇੱਕ ਗੁਰਮਤ ਸਿਖਲਾਈ ਕੈਂਪ ਉਹਨਾਂ ਬੱਚਿਆਂ ਲਈ ਲਾਇਆ ਜਾਵੇ ਜਿਹੜੇ ਉਦਾਂ ਸਕੂਲਾਂ 'ਚ ਜਾਂਦੇ ਨੇ ਸਮਾਂ 'ਚ ਹੁੰਦਾ। ਸੋ ਜਿਹੜੇ ਵੀ ਲੋਕ ਚਾਹੁੰਦੇ ਨੇ ਕਿ ਗੁਰਮਤ ਸਿਖਲਾਈ ਕੈਂਪ ਲੱਗੇ, ਉਹਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲ ਉਹ ਬੀਬੀ ਜੀ ਰਾਣੀ ਹੋ ਗਈ ਆ, ਉਹ ਕਹਿੰਦੇ ਵੀ ਟੀਮ ਜਿਹੜੀ ਆ ਉਹ ਭੇਜ ਦਿਆਂਗੇ ਕਿਉਂਕਿ ਉਹਨਾਂ ਦੇ ਸੰਪਰਕ ਨੇ ਪੁਰਾਣੇ, ਤੋਂ ਆਪਾਂ ਨੂੰ ਟੀਮ ਮਿਲ ਜਾਏਗੀ। ਤੇ ਜਿਹੜੇ ਵੀ ਸੰਗਤ ਵਿੱਚੋਂ ਪਰਿਵਾਰ ਚਾਹੁੰਦੇ ਹੋਣਗੇ ਕਿ ਉਹਨਾਂ ਦੇ ਬੱਚਿਆਂ ਨੂੰ ਸਿੱਖੀ ਦੀ ਮੁੱਢਲੇ ਸਿਧਾਂਤਾਂ ਦੀ ਜਾਣਕਾਰੀ ਮਿਲੇ, ਉਹਨਾਂ ਦੇ ਬੱਚੇ ਸਿੱਖੀ ਨਾਲ ਜੁੜਨ, ਉਹ ਗ੍ਰੰਥੀ ਸਿੰਘ ਉਹਨਾਂ ਕੋਲ ਆਪਣੇ ਜਿਹੜੇ ਨਾਮ ਹੈ ਆਪਣੇ ਬੱਚਿਆਂ ਦੇ ਉਹ ਲਿਖਾ ਲੈਣ। ਉਮੀਦ ਕਰਦੇ ਹਾਂ ਕਿ ਅਗਲੇ ਐਤਵਾਰ ਜਾਂ ਆਉਣ ਵਾਲੇ ਥੋੜੇ ਸਮੇਂ ਦੇ ਵਿੱਚ ਛੇਤੀ ਤੋਂ ਛੇਤੀ ਇਸ ਚੀਜ਼ ਦਾ ਪ੍ਰਬੰਧ ਕਰਕੇ ਜਿੰਨੀ ਰਜਿਸਟਰੀ ਹੋਏਗੀ ਉਹਦੇ ਹਿਸਾਬ ਨਾਲ ਆਪਾਂ ਛੇਤੀ ਫੈਸਲਾ ਲੈ ਪਾਵਾਂਗੇ। ਤੇ ਗੁਰਮਤਿ ਸਿਖਲਾਈ ਕੈਂਪ ਉਮੀਦ ਕਰਦੇ ਹਾਂ ਕਿ ਇਸ ਪਾਵਨ ਪਵਿੱਤਰ ਅਸਥਾਨ ਤੋਂ ਪਹਿਲ ਤੇ ਇਸ ਨਵੇਂ ਤਰੀਕੇ ਦੀ ਇੱਕ ਵਾਰ ਫਿਰ ਜਿਹੜਾ ਪਹਿਲ ਕਰੇਗਾ ਇੱਥੋਂ ਮੌਕਾ ਮਿਲੇਗਾ। ਤੇ ਇੰਨੀ ਗੱਲ ਕਹਿੰਦਾ ਹੋਇਆ ਮੈਂ ਖੇਮਾ ਦਾ ਜਾਗ ਕਿਹਾ, ਜੇ ਕੋਈ ਸ਼ਬਦ ਵਾਧਾ ਘਾਟਾ ਹੋ ਗਿਆ ਹੋਵੇ ਤੇ ਖੇਮਾ ਦਾ ਜਾਗ ਕਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾਰ।